हेलो जी, सत श्री अकाल। किवें हो जी तुसी सारे? आई होप तुसी सारे ठीक होवोगे। मैं भी ठीक हाँ जी। स्वागत करदी हाँ तुहाडा पंजाबी वाट फैमिली विच। लो जी आ गए अज नवीं वीडियो लैके फिर तुहानू मिलन। ते आ मज देखो जी, जिन्ना नाच करदी सी ना इन्ना तां कोई की कहां थोनू, कोई नहीं करता होना। इन्ना तंग करती सी मझ ने, जिमें आ गां तां ना आराम नहा ली आ, ये मझ ने तां मैनूं बहुत तंग किया। फिर एंड विच कदे बह जाया करे, कदे उठ जाया करे। मैं तां ऊं डर गई, मैं डैडी जी नूं हाक मारी। मैं कहा डैडी जी देखियो तो मझ नूं की हो गया, भी पता नहीं क्यों कदे बह जांदी आ कदे उठ जांदी आ। फिर जब डैडी जी ने आके देखिया, कहिंदे भाई कुछ नहीं होया हैगा, भी पानी च मस्ती करदी आ। क्योंकि कई दिन बाद नहलाई सीगी जी, क्योंकि डैडी दे लैंज पवाउण करके असीं फिर इधर थोनूं पता होर कम ਮਸਾਂ ਮੁੱਕਦੇ ਸੀਗੇ, ਇਹ ਨਹਾਈਆਂ ਹੀ ਨਹੀਂ ਸੀਗੀਆਂ। ਗਰਮੀ ਤੁਹਾਨੂੰ ਪਤਾ ਹੀ ਇੰਨੀ ਜ਼ਿਆਦਾ ਹੈ, ਮੱਝਾਂ ਨੂੰ ਤਾਂ ਜੀ ਰੋਜ਼ ਹੁਣ ਦੋ ਦੋ ਟਾਈਮ ਨਹਾਉਣਾ ਪੈਂਦਾ ਹੈ, ਤਾਂ ਜਾ ਕੇ ਕਿਤੇ ਦੁੱਧ ਦਾ ਮੂੰਹ ਦੇਖ ਹੁੰਦਾ ਹੈ ਜੀ। ਆਇਆ ਦੁੱਧ ਪੀਣਾ ਹੀ ਸੌਖਾ ਜੀ, ਕੰਮ ਕਰਨਾ ਬਹੁਤ ਔਖਾ ਹੈ। ਪਹਿਲਾਂ ਕਹਿ ਦਿੰਦੇ ਹਾਂ ਜੀ, ਕੰਮ ਕੋਈ ਵੀ ਹੋਵੇ, ਕੰਮ ਮੱਝਾਂ ਨਾਲ ਤਾਂ ਵੈਸੇ ਨਾਲੇ ਡੰਗਰਾਂ ਦਾ ਕੰਮ ਆ ਨਾ ਜਿਹੜਾ, ਤਾਂ ਬਹੁਤ ਜ਼ਿਆਦਾ ਔਖਾ ਜੀ। ਡੰਗਰਾਂ ਨਾਲ ਤਾਂ ਡੰਗਰੇ ਹੋਣਾ ਪੈਂਦਾ ਹੈ ਸਾਰੀ ਦਿਹਾੜੀ। ਮੈਨੂੰ ਨਾ ਪਤਾ ਇਹਨਾਂ ਨੇ ਮੇਰੀ ਬੁਰੀ ਹਾਲਤ ਕਰਤੀ ਜੀ, ਮੈਂ ਨਹਾਉਣ ਦਾ ਲੱਗ ਗਿਆ ਇਹਨਾਂ, ਕੋਈ ਸਿਰ 'ਚ ਪੂਛ ਮਾਰੇ, ਕੋਈ ਕਿਵੇਂ ਕੱਪੜੇ ਮੇਰੇ ਜਮਾਂ ਹੀ ਗਿੱਲੇ, ਤਾਂ ਕਰਕੇ ਨਾ ਆਹ ਨਿੱਕੀ ਜਿਹੀ ਕੱਟੀ ਮੈਂ ਕਿਹਾ ਚਲੋ ਇਹ ਵੀ ਨਹਾ ਦਾਂ। ਪਰ ਇਹਨਾਂ ਨੂੰ ਆਰਾਮ ਜਿਹਾ ਮਿਲ ਗਿਆ ਸੀਗਾ ਜੀ ਨਹਾ ਕੇ, ਹੈ ਨਾ। ਫਿਰ ਮੈਂ ਰੜਕਾ ਫੇਰਤਾ ਸਾਰੇ ਨੀਚੇ, ਮੈਂ ਕਿਹਾ ਚਲੋ ਹੁਣ ਸੁੱਕ ਜੂਗਾ, 2 ਘੰਟੇ ਦੀ ਹਵਾ ਪੈ ਜੂਗੀ, 4 ਵਜੇ ਤੋਂ ਇਹ ਚਲੋ ਜਾਨੂੰ 5:30 ਵਜੇ ਧਾਰਾਂ ਚੋਵਾਂਗੇ, ਜਾਨੂੰ ਸੁੱਕ ਜੂਗਾ ਜੀ। ਐਂ ਲਓ ਜੀ ਖੱਜਾਂ ਨਹਾਤੀਆਂ, ਪਰ ਹੁਣ ਮੈਨੂੰ ਵੀ ਨਹਾਉਣਾ ਪੈਣਾ। ਮੈਂ ਇਹ ਹਾਲਤ 'ਚ ਨਹੀਂ ਹੈਗੀ ਵੀ ਹੁਣ ਨਾ ਨਾ ਵਾਂ, ਕਿਉਂਕਿ ਸਿਰ ਵਿੱਚ ਬਹੁਤ ਜ਼ਿਆਦਾ ਇਹਨਾਂ ਨੇ ਉਹ ਮਾਰੀਆਂ ਪੂਛਾਂ। ਹੁਣ ਨਹਾ ਕੇ ਆਉਂਦੀ ਹਾਂ ਮੈਂ ਵੀ ਸਿਰ, ਅਤੇ ਨਾਲੇ ਕਰਦੇ ਹਾਂ ਆਪਾਂ ਕੱਪੜੇ ਚੇਂਜ, ਉਦੋਂ ਬਾਅਦ ਮਿਲਦੀ ਹਾਂ। ਹੋਰ ਮੈਂ ਨਹਾ ਕੇ ਆਈ ਹਾਂ, ਨਹੀਂ ਤਾਂ ਮੱਝਾਂ ਸਿਰ 'ਚ ਵੀ ਮੇਰੇ ਪੂਛਾਂ ਵਾਲੀਆਂ। ਮੈਂ ਸਵੇਰੇ ਫਿਰ ਸ਼ਨੀਵਾਰ ਮੀਟਿੰਗ 'ਤੇ ਜਾਣਾ, ਤਾਂ ਫਿਰ ਤਾਂ ਹੋ ਜਾਣਾ ਸੀ। ਮੈਂ ਕਿਹਾ ਚੱਲ ਮੈਂ ਨਹਾ ਲਵਾਂ, ਹਜੇ ਮੈਂ ਦਾਲ ਨੂੰ ਤੜਕਾ ਲਾਉਣਾ, ਹਜੇ ਮੈਂ ਪ੍ਰੈਸ ਕਰਨੀ ਆ, ਕੰਮ ਮੇਰੇ ਬਹੁਤ ਜ਼ਿਆਦਾ ਪੈ ਗਏ ਸਾਰੇ ਕੰਮ। ਹੌਲੀ ਹੌਲੀ ਕਰ ਦਿਓ। ਲਓ ਜੀ ਨਹਾ ਲਈ ਮੈਂ, ਹੁਣ ਬਾਅਦ ਵਿੱਚ ਲਾਉਂਦੇ ਆਪਾਂ ਦਾਲ ਨੂੰ ਤੜਕਾ। ਮੇਰੀ ਦਾਲ ਨੂੰ ਸਿੱਧੀਆਂ ਮਰਾਈਆਂ ਹੋਈਆਂ ਨੇ ਅੱਜ, ਮੈਂ ਧੜੀ ਆ ਮੂੰਗੀ ਅਤੇ ਛੋਲਿਆਂ ਦਾ, ਅੱਧੇ ਅੱਧੇ ਦਲਵੇਂ ਛੋਲਿਆਂ ਦਾ, ਹਰੀ ਮੂੰਗੀ ਅਤੇ ਦਲਵੇਂ ਛੋਲਿਆਂ ਦਾ। ਅਤੇ ਮੂੰਗੀ 'ਚ ਕੱਢਦੀ ਹਾਂ ਸਿਰ ਤਲਿਆ, ਇਹ ਕਿੱਥੋਂ ਲੱਗੀ ਆ ਸੀ, ਹੋਰੇ ਪਾਸੇ ਮਾਰੀ ਜਾਂਦੀ ਆ ਉਹਦੇ ਨਾਲ ਉੱਡਦੀ ਆ। ਟਾਇਟ ਕਰ ਫਿਰ, ਦੁੱਖ ਘੱਟ ਲੱਗੂ, ਢਿੱਲੇ 'ਚ ਤਾਂ ਵੱਧ ਲੱਗੂ। ਹੋਰ ਆਏ ਕੜਾ ਕੇ ਰੱਖ, ਆਹੀ ਆ ਕਿੱਥੋਂ ਲੱਗੀ ਆ ਨਾ, ਨਹੀਂ ਕੱਟਤੀ ਸੂਈ ਦੀ ਤਾਂ ਲੋੜ, ਉਹ ਤਾਂ ਮਾੜੀ ਜਿਹੀ ਸੀਖ ਹੋ ਵੀ ਗਈ। ਜੂਵੀ ਕਿਹਨੂੰ ਸਿਖਾਇਓ, ਲਓ ਜੀ ਨਹਾ ਧੋ ਕੇ ਹੁਣ ਮੈਂ ਲੱਗੀ ਸੀਗੀ ਸਿਰ ਬਹਾਉਣ। ਮੈਂ ਕਿਹਾ ਚਲੋ ਮਾੜਾ ਜਿਹਾ ਆਪਣਾ ਵੀ ਹੈ ਨਾ ਮੂੰਹ ਸਿਰ ਕਰ ਲਵਾਂ। ਕਈ ਵਾਰ ਤਾਂ ਨਾ ਸਾਰਾ ਸਾਰਾ ਦਿਨ ਇੱਦਾਂ ਨਿੰਘ ਜਾਂਦਾ। ਨਹਾ ਤਾਂ ਮੈਂ ਸਵੇਰੇ ਵੀ ਲਈ ਸੀ ਜੀ, ਪਰ ਇਹ ਤਾਂ ਹੈ ਨਹੀਂ, ਮੈਂ ਸਵੇਰੇ ਨਹੀਂ ਨਹਾਤੀ ਸੀਗੀ। ਇਹ ਤਾਂ ਹੁਣ ਸ਼ਾਮ ਨੂੰ ਨਾ ਮੱਝਾਂ ਦਾ ਕੰਮ ਕਰਨ ਕਰਕੇ ਦੁਬਾਰਾ ਨਹਾਉਣਾ ਪੈ ਗਿਆ। ਮੈਂ ਕਿਹਾ ਚਲੋ ਹੁਣ ਮਾੜਾ ਜਿਹਾ ਨਹਾ ਕੇ ਆਪ ਵੀ ਫਰੈਸ਼ ਜਿਹਾ ਹੋ ਜਾਵਾਂ, ਹੈ ਨਾ। ਫਿਰ ਤਰੋ ਤਾਜ਼ਾ ਜਿਹਾ ਹੋ ਕੇ ਕੰਮ ਕਰਨਾ ਵਧੀਆ ਲੱਗਦਾ ਹੈ। ਹੁਣ ਕਿਚਨ 'ਚ ਵੜ ਕੇ ਆਪਾਂ ਕਰਦੇ ਹਾਂ ਆਪਣੇ ਅਗਲੇ ਕੰਮ, ਫਿਰ ਐਂ ਆਰਾਮ ਨਾਲ ਲੱਗੀ ਰਹੂੰਗੀ। ਨਾਲੇ ਨਹਾ ਕੇ ਹੁਣ ਗਰਮੀ 'ਚ ਤਾਂ 2 ਵਾਰੇ ਨਹਾ ਹੋਇਆ ਕਰਨਾ ਜੀ। ਮੱਝਣੇ ਬਹੁਤ ਤੰਗ ਕੀਤਾ ਹੋਇਆ, ਘੰਟੇ ਤੋਂ ਪਹਿਲਾਂ ਤਾਂ ਲੱਭਦੇ ਨੀ ਲਾਉਂਦੀ। ਕੁਰਸੀ ਲੈ ਕੇ ਮੱਝ ਮੂਹਰੇ ਬਹਿ ਕੇ ਪੜ ਲਈ,
ਲਸਣ ਪਿਆਜ ਕੁਝ ਵੀ ਬੀਜਿਆ ਜੀ ਮੋਟਰ ਤੇ ਪੇਕਿਆਂ ਤੋਂ ਪੁੱਛ ਕੇ ਉਹਨਾਂ ਨੇ ਬੀਜਿਆ ਕਿ ਨਹੀਂ ਤੇ ਮਾਮੇ ਹੋਣਾ ਉਹਨਾਂ ਨੇ ਬੀਜਿਆ ਜੀ ਪਤਾ ਨਹੀਂ ਉਹਨਾਂ ਤੋਂ ਹੀ ਲੈ ਕੇ ਆਉ ਹਜੇ ਤਾਂ ਬਿੱਲੋ ਕੋ ਲੈ ਕੇ ਸਾਰਦੇ ਜੀ ਕੰਮ ਇੱਥੋਂ ਪਿੰਡ ਆਪਣੇ ਦਿੰਦੇ ਨੇ ਉੱਧਰ ਦੂ ਪਾਸੇ ਉਹ ਮੰਗਾਉਂਗੀ ਰਾਣੀ ਨੂੰ ਕਹੂੰਗੀ ਵੀ ਲਿਆ ਕੇ ਦੇ ਉਹਨੂੰ ਪੈਸੇ ਦੇ ਕੇ ਮੰਗਾ ਲੂੰਗੀ ਉੱਥੋਂ ਦਾਲ ਟੇਸਟੀ ਨਹੀਂ ਬਣਦੀ ਹੈਗੀ ਪਿਆਜ਼ਾਂ ਨਾਲ ਇਕੱਲਿਆਂ ਨਾਲ ਮਿੱਠੀ ਮਿੱਠੀ ਜੀ ਸਿਰ ਟੇਸਟ ਹੋ ਜਾਂਦਾ ਜੀ ਜਿਹੜਾ ਲਸਣ 'ਚ ਨਾਲ ਟੇਸਟ ਹੋਣਾ ਉਹ ਫਿਰ ਬਣਨ ਲੱਗ ਗਈ ਇੱਕ ਵਾਰ ਨੂੰ ਪਤਾ ਕਿਵੇਂ ਬਣੂੰਗੀ ਬਣਾਉਣ ਤਾਂ ਲੱਗੀ ਹਾਂ ਦੇਖੀ ਜਾਊਗੀ ਹੁਣ ਕੰਮ ਤਾਂ ਸਾਰਨਾ ਹੀ ਪੈਣਾ ਅੱਜ ਤਾਂ ਫਿਰ ਮੈਂ ਲਿਆ ਵੀ ਸਕਦੀ ਸੀਗੀ ਕਿਸੇ ਦਿਨ ਲੈ ਕੇ ਘਰੋਂ ਹਨਾ ਹੁਣ ਮੈਂ ਕਿੱਥੇ ਜਾਊਂਗੀ ਜਦੋਂ ਮੈਨੂੰ ਟਾਈਮ ਲੱਗ ਜਾਣਾ ਹਾਂ ਪੁੱਤ ਲਾ ਰਹੀ ਹੈ ਪੁੱਤ ਮੈਂ ਤਾਂ ਨਹੀਂ ਸਿਲਾਈ ਫਿਰ ਮੇਰੀ ਆਵਾਜ਼ ਨਹੀਂ ਆਉਣੀ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਗੱਲਾਂ ਕਰਦੇ ਹਾਂ ਬਾਅਦ ਯੁਵਰਾਜ ਕਹਿੰਦਾ ਹੁਣ ਮੈਂ ਸਾਓ ਐਡਜਸਟ ਹੈ ਕਿਉਂਕਿ ਉਹਨੂੰ ਤੜਕੇ ਦੀ ਸਮੈਲ ਜਾਂਦੀ ਉੱਧਰ ਪੱਖਾ ਖਿੱਚਦਾ ਤੇ ਇੱਕ ਮੈਨੂੰ ਹਰਮਨ ਸਿੰਘ ਦੀ ਆਈ ਡੀ ਤੋਂ ਦੀਦੀ ਦਾ ਮੈਸੇਜ ਆਇਆ ਸੀਗਾ ਉਹ ਕਹਿੰਦੇ ਸੀਗੇ ਅੰਕਲ ਜੀ ਨੂੰ ਮਿਰਚ ਘੱਟ ਦਿਉ ਵੀ ਅੱਖਾਂ ਦੇ ਸਰਜਰੀ ਕਰਕੇ ਥੈਂਕ ਯੂ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਦੇਖੋ ਜੀ ਜੇ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ ਹੈ ਨਾ ਕਈ ਵਾਰ ਤੁਸੀਂ ਮੈਨੂੰ ਦੱਸਿਆ ਆਪਣਾ ਸਮਝ ਕੇ ਹੀ ਦੱਸਿਆ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਜੀ ਇਹਦੇ ਵਿੱਚ ਗੁੱਸਾ ਕਰਨ ਵਾਲੀ ਕੀ ਗੱਲ ਹੈ ਜੀ ਤੁਸੀਂ ਮੇਰੀ ਆਪਣੀ ਫੈਮਿਲੀ ਹੋ ਤੁਸੀਂ ਕੋਈ ਵੀ ਐਡਵਾਈਸ ਦੇ ਸਕਦੇ ਹੋ ਇਹ ਤਾਂ ਬਹੁਤ ਵਧੀਆ ਐਡਵਾਈਸ ਹੈ ਨਾਲੇ ਤੁਸੀਂ ਕੋਈ ਮਾੜੀ ਸਲਾਹ ਤਾਂ ਮੈਨੂੰ ਦਿੱਤੀ ਨਾ ਕੁਛ ਕਿਹਾ ਜੀ ਇਹ ਤਾਂ ਬਹੁਤ ਵਧੀਆ ਮੈਂ ਬਿਲਕੁਲ ਗੁੱਸਾ ਨਹੀਂ ਕਰਦੀ ਜੀ ਤੁਹਾਡੇ ਕਿਸੇ ਵੀ ਗੱਲ ਦਾ ਜਾਂ ਸਾਰੇ ਮੇਰੇ ਭੈਣ ਭਾਈਆਂ ਦਾ ਮੈਂ ਕੋਈ ਗੁੱਸਾ ਨਹੀਂ ਕਰਦੀ ਜੀ ਤੁਸੀਂ ਬੇਝਿਜਕ ਜੋ ਵੀ ਕਹਿਣਾ ਹੋਵੇ ਕਹਿ ਸਕਦੇ ਹੋ ਆਪਾਂ ਇੱਕ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਹਾਂ ਜੀ ਦੇਖੋ ਮੇਰੀ ਫੈਮਿਲੀ ਮੈਂਬਰ ਵੀ ਤਾਂ ਮੇਰੀ ਗਲਤੀ 'ਤੇ ਮੈਨੂੰ ਜਾਂ ਕੋਈ ਵੀ ਗੱਲ 'ਤੇ ਮੈਨੂੰ ਕਹਿੰਦੀ ਹੈ ਨਾ ਤੁਸੀਂ ਵੀ ਕਹਿ ਸਕਦੇ ਹੋ ਇਹਦੇ ਵਿੱਚ ਗੁੱਸਾ ਮੰਨਣ ਵਾਲੀ ਕੋਈ ਗੱਲ ਨਹੀਂ ਜੀ ਉਹਨਾਂ ਦੇ ਬੇਟੇ ਦਾ ਨਾਮ ਆ ਹਰਮਨ ਸਿੰਘ ਅਤੇ ਬੇਟੀ ਦਾ ਨਾਮ ਆ ਜੀ ਰਵਲੀਨ ਉਹ ਦੀਦੀ ਕਹਿੰਦੇ ਸੀ ਮੇਰਾ ਬੇਟਾ ਅਤੇ ਬੇਟੀ ਤੁਹਾਡੇ ਸਕੂਲੋਂ ਆ ਕੇ ਬਲੌਗ ਦੇਖਦੇ ਨੇ ਡੈਲੀ ਥੈਂਕ ਯੂ ਬੇਟਾ ਜੀ ਹਰਮਨ ਬੇਟਾ ਜੀ ਅਤੇ ਰਵਲੀਨ ਬੇਟਾ ਜੀ ਥੈਂਕ ਯੂ ਗੋਡ ਬਲੈਸ ਯੂ ਬੇਟਾ ਜੀ ਅਤੇ ਥੈਂਕ ਯੂ ਦੀਦੀ ਲਓ ਜੀ ਦਾਲ ਨੂੰ ਤੜਕਾ ਮੈਂ ਲਾਏ ਦੋ ਸੀਟੀਆਂ ਮੈਂ ਕਿਹਾ ਹੋਰ ਮਿਲਾ ਲਾਂ ਸਮਾਰ ਕੇ ਰਲ ਜੂਗੀ ਫਿਰ ਹਜੇ ਮੈਂ ਗੈਸ 'ਤੇ ਹੀ ਧਰਿਆ ਸੀ ਅਤੇ ਯੁਵਰਾਜ ਪੜ੍ਹਦਾ ਉਹਨੂੰ ਮੇਰਾ ਸੰਧੂਰ ਪਸੰਦ ਨਹੀਂ ਆਇਆ ਤੁਸੀਂ ਦੱਸਿਓ ਜੀ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਉਹ ਕਹਿੰਦਾ ਮੈਨੂੰ ਸੁੱਕੇ ਸੰਧੂਰ ਭਰਨ ਦਾ ਬਹੁਤ ਵਧੀਆ ਲੱਗਦਾ ਇਹਦਾ ਬਹੁਤ ਚੌਹ ਰਹਿੰਦਾ ਇਹ ਯੁਵਰਾਜ ਨੂੰ ਨਹੀਂ ਪਰ ਵਧੀਆ ਲੱਗਿਆ ਵਧੀਆ ਲੱਗਿਆ ਹੁਣ ਮੈਂ ਚਵਾਉਣੀ ਹੈ ਧਾਰ ਜੀ ਮੰਮੀ ਨਾਲ ਦਾਲ ਤੜਕਾ ਲਾ ਲਿਆ ਆਟਾ ਮੈਂ ਗੁੰਨ ਕੇ ਰੈਸਟ ਲਈ ਛੱਡਤਾ ਪ੍ਰੈਸੇ ਮੈਂ ਕਿਹਾ ਬਾਅਦ 'ਚ ਕਰ ਲੂੰ ਫਿਰ ਇਹ ਕੰਮ ਲੇਟ ਹੋ ਜਾਣੇ ਸੀ ਕਿਉਂਕਿ ਧਾਰ ਨੇ ਹੁਣ ਘੰਟਾ ਲਵਾਉਣਾ ਜੀ ਜ਼ਰੂਰੀ ਆ ਉਹ ਤਾਂ ਚੋਣੀ ਤੁਸੀਂ ਵੀ ਕਹੇਗਾ ਰੋਜ਼ ਰੋਜ਼ ਧਾਰ ਨੂੰ ਕਹੀ ਜਾਂਦੀ ਆ ਪਰ ਜੀ ਘੰਟਾ ਲਵਾਉਣ ਦੇ ਜਾਂ ਬਹੁਤ ਉਹ ਹੁੰਦਾ ਹੈ ਅੱਜ ਵੀ ਕੁਰਸੀ ਓ ਲਾ ਜਾਣੀ ਜੀ ਮੈਂ ਤਾਂ ਹੁਣ ਚੁੰਨੀ ਨਾਲ ਸਿਰ ਢੱਕ ਕੇ ਜਾਊਂਗੀ ਨਹੀਂ ਤਾਂ ਉਹ ਫੇਰ ਮੇਰੇ ਤੋਂ ਸਿੱਟੇ ਮਾਰ ਕੇ ਮੈਨੂੰ ਦੁਬਾਰਾ ਨਹਾਉਣ ਵਾਲੀਆਂ ਕਰ ਦੇਣਗੇ ਗੈਸ ਬੰਦ ਕਰ ਦਿਆਂਗਾ ਕਿ ਮੈਂ ਕਰਕੇ ਜਾਵਾਂ ਤੂੰ ਕਰ ਦੇ ਹਾਂ ਧਮਾਕਾ ਬੰਦ ਕਰਨਾ ਥੋੜ੍ਹੀ ਧਮਾਕਾ ਹੋ ਜੂਗਾ ਐਂ ਨਹੀਂ ਭੁੱਲਦਾ ਚਲੋ ਮੈਂ ਹੀ ਬੰਦ ਕਰ ਦਿੰਦੀ ਹਾਂ ਫਿਰ ਦੇਖ ਲੂੰਗੀ ਜੇ ਮੈਨੂੰ ਲੱਗਿਆ ਜੀ ਮੈਂ ਦੁਬਾਰਾ ਫੇਰ ਸੇਕ ਲਵਾ ਲੂੰਗੀ ਵੈਸੇ ਤਾਂ ਲਾਈਟ ਵਾਲੇ ਚੁੱਲ੍ਹੇ ਦਾ ਹੀ ਸੀ ਵੀ ਇਹਦਾ ਸੋਚਿਆ ਚੱਕਣੀ ਆ ਚਲੋ ਮੈਂ ਕਹਿ ਦਿੰਦੀ ਹਾਂ ਭਾਈ ਤੈਨੂੰ ਬੜਾ ਪਤਾ ਦੁਬਾਰਾ ਫੇਰ ਸਿੱਟੀਆਂ ਬਜਾ ਲਾਂਗੇ ਜੀ ਆਪਾਂ ਹੈ ਨਾ ਜਿੰਨੇ ਕੁ ਹੋ ਗਈ ਠੀਕ ਆ ਚਲੋ ਜੀ ਮੈਂ ਧਾਰ ਚਵਾਇਆ ਵਾਂ ਹੁਣ ਹੁਣ ਮੈਂ ਸਾਰੇ ਕੰਮ ਜੀ ਬਾਹਰ ਮੁਕਾਏ ਬਸ ਮੇਰੇ ਫੁਲਕੇ ਬਣਾਉਣ ਤੋਂ ਰਹਿ ਗਏ ਉਹ ਬਣਾਉਣ ਹਜੇ ਠਹਿਰ ਕੇ ਹੁਣ ਤਾਂ ਹਜੇ ਬਹੁਤ ਟਾਈਮ ਆ ਮੈਂ ਕਿਹਾ ਚੱਲ ਜਾਣ ਮੈਂ ਪ੍ਰੈਸ ਕਰਦੀ ਅਤੇ ਆਹ ਗਰਮੀ ਵਾਲੇ ਸੂਟ ਮੈਂ ਕੁਛ ਕੱਢੇ ਸੀਗੇ ਇਹ ਪਾ ਕੇ ਜਾਊਂਗੀ ਮੈਂ ਕੱਲ੍ਹ ਯੁਵਰਾਜ ਦੀ ਮੀਟਿੰਗ 'ਤੇ ਜਾਣਾ ਡੈਡੀ ਜੀ ਨੇ ਜਾਣਾ ਨਹੀਂ ਸਕੂਟੀ ਹੁਣ ਪਤਾ ਹੀ ਹੈ ਚਲਾਉਣਾ ਨਹੀਂ ਹੈਗਾ ਜਗਦੀਪ ਨੂੰ ਛੁੱਟੀ ਨਹੀਂ ਮਿਲੀ ਹੈਗੀ ਜੀ ਕਿਉਂਕਿ ਹਾਫ ਡੇ ਦੀ ਮੈਂ ਤਾਂ ਕਿਹਾ ਸੀ ਹਾਫ ਡੇ ਦੀ ਕਰ ਲਓ ਪਰ ਕਿੱਥੇ ਔਰ ਬਸ ਹਰ ਵੀ ਮੇਰੇ ਬੈਗ ਵਿੱਚ ਸੌਣ ਦਾ ਲੈਣ ਕਿਤੇ ਦੀਦੀ ਵਗੈਰਾ ਮੈਂ ਦੇਖ ਲੈਣਾ ਕਿਉਂਕਿ ਛੁੱਟੀ ਕਰਦੇ ਹੀ ਨਹੀਂ ਹੈਗੇ ਹੁਣ ਮੈਂ ਇੱਕ ਆਪਣੇ ਇੱਥੇ
ਸਾਹਮਣੇ ਅੰਕਲ ਹੈਗੇ ਤਾਂ ਉਹਦੇ ਨਾਲ ਜਾਵਾਂਗੇ ਤੇ ਕੋਈ ਦੂਰ ਤਾਂ ਹੈ ਨਹੀਂ ਜਿਵੇਂ ਸਕੂਲ ਤੇ ਕੋਈ 2 ਕਿਲੋਮੀਟਰ ਦੂਰ ਤੇ ਹੀ ਆ ਸਾਡੇ ਨਾਲ ਉਹ ਪਿੰਡ ਦੇ ਸਾਡੇ ਪਿੰਡ ਤੋਂ 2.5 ਕਿਲੋਮੀਟਰ ਦੂਰ ਆ ਤਾਂ ਕਰਕੇ ਆਪਾਂ ਚਲੇ ਜਾਵਾਂਗੇ ਅੰਕਲ ਨਾਲ ਅੰਕਲ ਛੱਡੇ ਆਉਣਗੇ ਪਹਿਲੀ ਮੀਟਿੰਗ ਕਰਕੇ ਹਰ ਇੱਕ ਟੀਚਰ ਨੂੰ ਮਿਲ ਕੇ ਆਉਣਾ 8-9 ਟੀਚਰਾਂ ਨੇ ਜਿਹੜੀਆਂ ਘੰਟਾ ਡੇਢ ਘੰਟਾ ਲੱਗ ਜੂ ਮੈਂ ਕਿਹਾ ਅੰਕਲ ਤੁਸੀਂ ਛੱਡ ਕੇ ਆ ਜਿਓ ਦੁਬਾਰਾ ਫੇਰ ਵਾਪਸ ਲੈਣ ਆ ਜਿਓ ਤੇ ਆਹ ਦੇਖੋ ਜੀ ਇਹਦੇ ਵੀ ਵਾਈਟ ਸਲਵਾਰ ਤੇ ਨਾ ਮੂਰੀਆਂ ਤੇ ਇਦਾਂ ਵਰਕ ਹੋਇਆ ਹੋਇਆ ਇਹ ਵੀ ਕਮਲ ਨੇ ਤਿਆਰ ਕਰਵਾ ਕੇ ਦਿੱਤੀ ਵੀ ਹੈ ਮੈਨੂੰ ਜਿਹੜੀ 2.7 ਕਮਲ ਦੇ ਡਿਜ਼ਾਈਨ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਤਿਆਰ ਕਰਵਾਉਂਦੀ ਹੈ ਜੀ ਉਹ ਬਹੁਤ ਵਧੀਆ ਹੁੰਦਾ ਸ਼ਰਟ ਇੱਦਾਂ ਹੀ ਆ ਇਹ ਸ਼ਰਟ ਦਾ ਇਕੱਲਾ ਪੀਸ ਹੀ ਲਿਆ ਸੀ ਸਲਵਾਰ ਮੈਂ ਅਲੱਗ ਬਣਵਾਈ ਸੀਗੀ ਤੇ ਇਹਦੇ ਨਾਲ ਹੀ ਸੀਗੀ ਆ ਲੇਸ ਸਿੰਪਲ ਜੀ ਲੇਸ ਆ ਜਿਵੇਂ ਮੂਰੀਆਂ ਦਾ ਡਿਜ਼ਾਈਨ ਉੱਦਾਂ ਹੀ ਬਣਿਆ ਹੋਇਆ ਵੈਸੇ ਤਾਂ ਮੈਂ ਤਾਂ ਸਵੇਰੇ ਕਈ ਵਾਰ ਲੈਟ ਨਹੀਂ ਹੁੰਦੀ ਹੈਗੀ ਦਾਣਾ ਤਾਂ ਲੇਟ ਆ ਮੀਟਿੰਗ ਤਾਂ ਹੈਗੀ ਆ 10 ਵਜੇ ਤੋਂ ਹੀ ਪਰ ਫਿਰ ਐਂ ਹੁੰਦਾ ਕਈ ਵਾਰ ਲੈਟ ਨਹੀਂ ਹੁੰਦੀ ਜੇ ਔਖਾ ਹੋ ਜਾਂਦਾ ਫਿਰ ਜੇ ਹੁਣ ਪਿਆ ਹੁਣ ਨਾਲੇ ਮੰਮੀ ਨੂੰ ਤਾਂ ਆਪ ਮੰਮੀ ਨੇ ਮੈਨੂੰ ਤੰਗ ਹੀ ਕਰ ਤੂੰ ਪ੍ਰੈਸ ਕਰ ਲਾ ਤੂੰ ਪ੍ਰੈਸ ਕਰ ਲਾ ਮੰਮੀ ਤਾਂ ਪ੍ਰੈਸ ਦਾ ਬਹੁਤ ਸ਼ੌਂਕ ਆ ਜੀ ਮੇਰੇ ਵਾਲੀ ਹਜੇ ਕਹਿ ਵੀ ਹੁੰਦੀ ਚਲੋ ਆਪਣੇ ਪਾ ਦਿੰਦੇ ਨਹੀਂ ਆ ਕੋਈ ਨਾ ਪਰ ਮੰਮੀ ਵੀ ਸਾਡੀ ਨੂੰ ਬਹੁਤ ਚਾਰ ਆ ਪ੍ਰੈਸ ਉਹ ਤਾਂ ਜਿਵੇਂ ਆਪਾਂ ਨਾ ਦੁਪੱਟਾ ਵੀ ਕਈ ਵਾਰ ਹੁਣ ਦੇਖੋ ਜੀ ਮੇਰੇ ਰੱਖੇ ਹੋਏ ਨੇ ਤਹਿ ਲਾ ਲਾ ਕੇ ਹੁਣ ਜਿਵੇਂ ਧੋ ਕੇ ਸੁਕਾ ਕੇ ਆਪਾਂ ਤਹਿ ਲਾ ਕੇ ਹੈਂਗਰ 'ਚ ਹੈਂਗ ਕਰ ਦਿੰਦੇ ਹਾਂ ਟੰਗ ਦਿੰਦੇ ਹਾਂ ਮੰਮੀ ਤਾਂ ਉਹ ਵੀ ਫਿਰ ਕਹਿੰਦੇ ਨੇ ਪ੍ਰੈਸ ਕਰ ਲੈ ਇਹਨੂੰ ਉਹ ਵਲ ਜੇ ਤਹਿਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਤਹਿ ਲੱਗੀਆਂ ਹੋਈਆਂ ਨੇ ਕਹਿੰਦੇ ਉੱਥੇ ਉੱਥੇ ਛਪੇ ਹੋਏ ਨੇ ਇੰਨਾ ਸ਼ੌਂਕ ਆ ਜੀ ਉਹਨਾਂ ਨੂੰ ਸਾਸੂ ਮਾਂ ਨੂੰ ਮੇਰੀ ਬਹੁਤ ਚਾਅ ਰਹਿੰਦਾ ਇਹਨੂੰ ਤੇ ਮੈਂ ਕਿਹਾ ਹੁਣ ਚਲੋ ਮੈਂ ਪ੍ਰੈਸ ਕਰ ਲਵਾਂ ਪ੍ਰੈਸ ਕਰਕੇ ਫਿਰ ਫੁੱਟ ਕੇ ਹੀ ਰਹਿ ਗਏ ਚਲੋ ਤਾਂ ਬਣਾ ਲੈਂਦੀ ਹਾਂ ਕੋਈ ਗੱਲ ਨਹੀਂ ਹੈਗਾ ਟਾਈਮ ਤਾਂ ਫਿਰ ਆ ਜੀ ਤੇ ਇੱਕ ਮੇਰੇ ਹੈ ਨਾ ਸਬਸਕ੍ਰਾਈਬਰ ਦੀ ਸਬਸਕ੍ਰਾਈਬਰ ਨੇ ਪਰਮਜੀਤ ਹਾਂਜੀ ਆਈਡੀ ਤੇ ਨਾਮ ਉਹਨਾਂ ਦਾ ਪਰਮਜੀਤ ਆ ਤੇ ਉਹਨਾਂ ਦੀ ਬੇਟੀ ਦਾ ਅੱਜ 6 ਮਈ ਨੂੰ ਹੈਗਾ ਬਰਥਡੇ ਉਹਨਾਂ ਦੀ ਬੇਟੀ ਦਾ ਨਾਮ ਹੈਗਾ ਖੁਸ਼ੀ ਹੈਪੀ ਬਰਥਡੇ ਖੁਸ਼ੀ ਬੇਟਾ ਜੀ ਗੋਡ ਬਲੈਸ ਯੂ ਪਰਮਾਤਮਾ ਕਰੇ ਜੀ ਤੁਹਾਨੂੰ ਜ਼ਿੰਦਗੀ ਵਿੱਚ ਹਰ ਇੱਕ ਖੁਸ਼ੀ ਮਿਲੇ ਹੈ ਨਾ ਖੁਸ਼ੀ ਨਾਮ ਨੂੰ ਤਾਂ ਵੈਸੇ ਖੁਸ਼ੀ ਹੋ ਮਿਲਦੀ ਹੈ ਮੇਰੀ ਭਤੀਜੀ ਦਾ ਨਾਮ ਜੀ ਖੁਸ਼ੀ ਆ ਤੇ ਪਰਮਾਤਮਾ ਕਰੇ ਜੀ ਤੁਹਾਨੂੰ ਹਰ ਇੱਕ ਫਰਮਾਇਸ਼ ਤੁਹਾਡੀ ਹੈ ਨਾ ਖੁਆਇਸ਼ ਪੂਰੀ ਹੋਵੇ ਜ਼ਿੰਦਗੀ 'ਚ ਤੁਸੀਂ ਬਹੁਤ ਤਰੱਕੀਆਂ ਮਾਣੋ ਫਿਰ ਤੋਂ ਇੱਕ ਵਾਰ ਹੈਪੀ ਬਰਥਡੇ ਖੁਸ਼ੀ ਮੇਰਾ ਵੀ ਨਾ ਇੱਕ ਅਲੱਗ ਜਿਹਾ ਦੇਖੋ ਜੀ ਹੁਣ ਤੁਸੀਂ ਤਾਂ ਸਾਰੇ ਮੈਨੂੰ ਦੇਖ ਸਕਦੇ ਹੋ ਸੁਣ ਸਕਦੇ ਹੋ ਪਰ ਮੈਂ ਤਾਂ ਸਿਰਫ ਤੁਹਾਡੇ ਕਮੈਂਟੇ ਪੜ੍ਹਦੀ ਹਾਂ ਜੀ ਪਰ ਫਿਰ ਵੀ ਮੈਨੂੰ ਤੁਹਾਡੇ ਨਾਲ ਗੱਲਾਂ ਕਰਕੇ ਇੰਨਾ ਚੌਅ ਚੜ੍ਹਦਾ ਬਹੁਤ ਵਧੀਆ ਲੱਗਦਾ ਜੀ ਮੈਨੂੰ ਤੁਹਾਡੇ ਸਾਰਿਆਂ ਨਾਲੇ ਗੱਲਾਂ ਕਰਨੀਆਂ ਇਹ ਹੁੰਦਾ ਮੈਨੂੰ ਇੱਕ ਰਿਸ਼ਤਾ ਜਿਹਾ ਬਣ ਗਿਆ ਜੀ ਹੁਣ ਇੱਕ ਜਿਵੇਂ ਫਰੈਂਡਾਂ ਨਹੀਂ ਆਪਾਂ ਫਰੈਂਡਾਂ ਨੂੰ ਫੋਨ ਕਰਦੇ ਹਾਂ ਉਸੇ ਤਰ੍ਹਾਂ ਜੀ ਮੈਂ ਤੁਹਾਡੇ ਵੀ ਹਰ ਇੱਕ ਕਮੈਂਟ ਦਾ ਵੇਟ ਕਰਦੀ ਹਾਂ ਵੀਡੀਓ ਪਾ ਕੇ ਨਾ ਮੈਨੂੰ ਇਹ ਹੁੰਦਾ ਵੀ ਦੇਖਦੇ ਆ ਅੱਜ ਕੌਣ ਪਹਿਲਾਂ ਕਮੈਂਟ ਕਰਦਾ ਜਾਂ ਕਿਹਦਾ ਕਮੈਂਟ ਆਇਆ ਨਹੀਂ ਆਇਆ ਮਾਈਂਡ 'ਚ ਜੀ ਫਿਰ ਹਰ ਇੱਕ ਨਾਂ ਰਹਿੰਦਾ ਹੀ ਰਹਿੰਦਾ ਹੈ ਇੱਕ ਨੇ ਹਰਵਿੰਦਰ ਗਿੱਲ ਜੀ ਉਹਨਾਂ ਨੇ ਵੀ ਅੱਜ ਮੈਨੂੰ ਕਿਹਾ ਸੀਗਾ ਵੀ ਹੈ ਨਾ ਤੁਸੀਂ ਮੇਰਾ ਵੀਡੀਓ 'ਚ ਨਾਮ ਲਿਓ ਥੈਂਕ ਯੂ ਹਰਵਿੰਦਰ ਗਿੱਲ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ 'ਤੇ ਆਉਂਦੇ ਹੋ ਹੈ ਨਾ ਵੀਡੀਓ ਵਾਚ ਕਰਦੇ ਹੋ ਦੇਖੋ ਵੀ ਇਹ ਵੀ ਹੈ ਨਾ ਟਾਈਮ 'ਚ ਟਾਈਮ ਕੱਢ ਕੇ ਹੀ ਹੁੰਦਾ ਹੈ ਕੰਮ ਜੇ ਤੁਹਾਨੂੰ ਵੀ ਚਾਓ ਆ ਜੇ ਤੁਹਾਨੂੰ ਵੀ ਪਿਆਰ ਆ ਹੈ ਨਾ ਵੀ ਦੇਖੀਏ ਕੀ ਕਰਦੇ ਨੇ ਹੈ ਨਾ ਹਰ ਇੱਕ ਨੂੰ ਲਗਾਵ ਜਿਹਾ ਬਣ ਜਾਂਦਾ ਜੀ ਤਾਂ ਕਰਕੇ ਹੁੰਦਾ ਜੀ ਜਦੋਂ ਨਾ ਜਦ ਤੁਸੀਂ ਸਾਰੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਜਾਂ ਕੁਝ ਸਲਾਹ ਦਿੰਦੇ ਹੋ ਜਾਂ ਮੈਨੂੰ ਕੁਝ ਕਹਿੰਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਜੀ ਬੇਅੰਤ ਕੌਰ ਜੀ ਨੇ ਇੱਕ ਮੇਰੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਨੇ ਲਖਵਿੰਦਰ ਕੌਰ ਜੀ ਥੈਂਕ ਯੂ ਦੀਦੀ ਤੁਹਾਡਾ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਜੀ ਅਤੇ ਇੱਕ ਸੁਰਬੀ ਸ਼ਰਮਾ ਬਲੌਗਸ ਤੋਂ ਦੀਦੀ ਕਹਿੰਦੇ ਸੀਗੇ ਤੁਹਾਨੂੰ ਮਿਲਣ ਨੂੰ ਬਹੁਤ ਜੀ ਕਰਦਾ ਹਾਂਜੀ ਜਦੋਂ ਮਰਜ਼ੀ ਮਿਲੋ ਜੀ ਤੁਹਾਡਾ ਆਪਣਾ ਘਰ ਆ ਪਰਿਵਾਰ ਆ ਵੈਲਕਮ ਜੀ ਅਤੇ ਇੱਕ ਸਿਮਰਨ ਦੀ ਆਈ ਡੀ ਤੋਂ ਰਮਨਦੀਪ ਦੀਦੀ ਵੀ ਕਹਿੰਦੇ ਸੀਗੇ ਮਿਲਣ ਨੂੰ ਜੀ ਕਰਦਾ ਹਾਂਜੀ ਜਦੋਂ ਮਰਜ਼ੀ ਮਿਲ ਸਕਦੇ ਹੋ ਜੀ ਤੁਹਾਨੂੰ ਅਤੇ ਤੁਸੀਂ ਵੀ ਹੁਣ ਜੀ ਮੈਨੂੰ ਉਨੇ ਹੀ ਪਿਆਰੇ ਹੋ ਜਿੰਨੇ ਕਿ ਮੇਰੀ ਫੈਮਿਲੀ ਆ ਤੁਸੀਂ ਸਾਰੇ ਹੀ ਮੈਨੂੰ ਬਹੁਤ ਪਿਆਰੇ ਹੋ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਸੋਰੀ ਜੀ ਨੈਕਸਟ ਵੀਡੀਓ ਜ਼ਰੂਰ ਲਵਾਂਗੇ ਆਪਾਂ ਅਤੇ ਹੁਣ ਆਪਾਂ ਵੀਡੀਓ ਦਾ ਕਰਦੇ ਹਾਂ ਐਂਡ ਜੀ ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ 'ਚ ਓਕੇ ਜੀ ਬਾਏ।